ਗੁਰਦਾਸਪੁਰ ਦੇ ਕਸਬਾ ਕੁਮਾਨ ਦੇ ਪਿੰਡ ਬੱਲੜਵਾਲ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਗੁੱਟਾਂ ਵਿੱਚ ਖੂਨੀ ਝੜਪ ਹੋ ਗਈ ਅਤੇ ਇੱਕ ਗੁੱਟ ਵੱਲੋਂ ਦੂਜੇ ਗੁੱਟ ਦੇ ਉੱਪਰ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਇਸ ਫਾਇਰਿੰਗ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦਾ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਮੇਰਾ ਨਾਮ ਮਨਜੀਤ ਕੌਰ, ਬੱਲੜਵਾਲ ਦੀ। ਕੀ ਮਸਲਾ? ਮਸਲਾ ਪੈਲੀ ਪੰਨੇ ਦਾ ਝਗੜਾ ਸੀ ਇਹਨਾਂ ਦਾ। ਸਵੇਰੇ ਪਾਣੀ ਗਏ ਲਾਉਣ ਕੋ ਰਾਤ ਦੇ। ਕਿਹਦੇ ਨਾਲ ਝਗੜਾ? ਝਗੜਾ ਸੋਨੀ ਆ ਬੰਦਾ, ਲੰਬਾਣਾ ਸਿੰਘ। ਸਵੇਰੇ ਉਹਨੇ ਕੁਛ ਪੁੱਛਿਆ, ਕਿਸੇ ਨੇ ਗੋਲੀਆਂ ਚਲਾ ਦਿੱਤੀਆਂ ਵਾ, ਥਾਂ 'ਤੇ ਮਾਰ ਦਿੱਤੇ ਆ। ਤੁਸੀਂ ਕੀ ਲੱਗਦੇ ਹੋ? ਮੇਰਾ ਸਹੁਰਾ, ਮੇਰਾ ਦੋ ਦੇਰ ਮਾਰੇ, ਇੱਕ ਮੇਰਾ ਪੁੱਤ ਮਾਰਿਆ। ਜਸਪਾਲ ਸਿੰਘ। ਕਿੱਥੋਂ ਰਹਿਣਾ? ਪੁਰਾਣੇ ਬੱਲੜਵਾਲ। ਕੀ ਮਸਲਾ ਹੈ? ਮਸਲਾ ਪੈਲੀ 'ਚ ਝਗੜਾ ਆਇਆ ਭਾਅ, ਜ਼ਮੀਨ 'ਚ ਝਗੜਾ ਆਇਆ। ਕਿਹੜੀ ਗੱਲ? ਜ਼ਮੀਨ ਤੋਂ ਵੱਟ ਬੰਨੇ ਤੋਂ ਪਤਾ ਨਹੀਂ ਹੋਇਆ। ਦੂਜੇ ਪਾਸੇ ਕੌਣ? ਦੂਜੇ ਸਾਹ ਪਿੰਡੋਂ ਹੀ ਆ ਬੰਦਾ ਸੋਨੀ, ਸਾਨੂੰ ਪਤਾ, ਦਰਦਾਰ ਸਿੰਘ। ਉਹਦਾ ਭਰਾ ਹੈ ਇੱਕ ਜੋਤੀ ਸਿੰਘ। ਕੀ ਕੀਤਾ? ਇੱਕ ਮੇਰਾ ਡੈਡੀ ਨੂੰ ਮਾਰਤਾ ਵਾ ਗੋਲੀ ਮਾਰ ਕੇ, ਦੋ ਮੇਰੇ ਭਰਾ ਮਾਰੇ ਆ, ਇੱਕ ਮੇਰਾ ਖੁਦ ਮੁੰਡਾ ਮਾਰਿਆ। ਕੀ ਕੀ ਨਾਮ ਮਾਰਿਆ? ਡੈਡੀ ਦਾ ਨਾਮ ਅੰਗਦ ਸਿੰਘ ਜੀ, ਭਰਾ ਮੇਰੇ ਦਾ ਸੁਖਵਿੰਦਰ ਸਿੰਘ, ਛੋਟੇ ਭਰਾ ਦਾ ਨਾਮ ਜਸਵੀਰ ਸਿੰਘ, ਅਤੇ ਇੱਕ ਮੇਰੇ ਮੁੰਡੇ ਦਾ ਨਾਮ ਬਬਨਦੀਪ ਸਿੰਘ। ਹਾਂਜੀ, ਵੱਟ ਬੰਨੇ ਦਾ ਝਗੜਾ ਹੋਣਾ ਜੀ। ਹਾਂਜੀ, ਕਿੰਨੇ ਵਜੇ ਕਰੋ? ਇਹ 6:30 ਵਜੇ ਦੀ ਗੱਲ। ਪੁਲਿਸ ਬਾਅਦ 'ਚ ਆਪ ਖੜੀ, ਪਹਿਲਾਂ ਹੀ ਫੋਨ ਕਰਦੇ ਨੇ। ਹਾਂਜੀ, ਭਰਾ ਰਵਾਲਵਾਲ ਸੀ, ਜਿਹਨੇ ਸਿੱਧੇ ਫਾਇਰ ਕੀਤੇ, ਸਿੱਧੇ ਜਿਹੜਾ ਗਿਆ। ਦੋ ਭਰਾ ਦੇ ਮੇਰੇ ਇੱਥੇ ਪਏ ਆ, ਮੁੰਡਾ ਮੇਰਾ ਅਤੇ ਇੱਕ ਭਰਾ ਮੇਰਾ, ਛਾਤੀ 'ਚ ਗੋਲੀਆਂ ਲੱਗੀਆਂ ਉਹਨਾਂ ਦੀਆਂ। ਕੀ ਚਾਹੁੰਦੇ? ਹਾਂਜੀ, ਕੀ ਚਾਹੁੰਦੇ? ਅੰਦਰ ਹੋਣਾ ਚਾਹੀਦੀ, ਸਜ਼ਾ ਹੋਣੀ ਚਾਹੀਦੀ, ਸਖ਼ਤ ਤੋਂ ਸਖ਼ਤ ਸਜ਼ਾ ਹੋਣੀ, ਫਾਂਸੀ ਹੋਣੀ, ਫਾਂਸੀ ਹੋਣੀ ਚਾਹੀਦੀ। ਇਹ ਪੁਰਾਣਾ ਬੱਲੜਵਾਲ ਕਰਕੇ ਪਿੰਡ ਆ, ਉੱਥੋਂ ਦੋ ਬਰੋਡ ਡੈਡ ਆਏ ਆ, ਡੈਡ ਬੋਡੀਆਂ ਆਈਆਂ, ਮੋਰਚਰੀ 'ਚ ਲਗਾ ਤੀਆਂ, ਅਤੇ ਦੋ ਇੰਜਰਡ ਆਏ ਆ ਮੁੰਡੇ, ਉਹਨਾਂ ਦੇ ਗੋਲੀਆਂ ਦੇ ਜਿਹੜੇ ਕੋਈ ਸ਼ਰੇ ਵੱਜੇ ਆ, ਅਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਵਾ। ਉਹ ਦੋ ਜਣੇ ਹੋਰ ਆਏ, ਮਤਲਬ ਟੋਟਲ 4 ਜਣੇ ਹੋ ਗਏ। ਬਰੋਡ ਡੈਡ ਦਾ ਨਾਂ ਜੀ ਜਸਵੀਰ ਸਿੰਘ, ਇੱਕ ਤੇ 32 ਸਾਲਾਂ ਦਾ, ਮੰਗਲ ਸਿੰਘ ਉਹਦੇ ਡੈਡੀ ਦਾ ਨਾਂ। ਇੱਕ ਹੈ ਜੀ ਬਬਨਦੀਪ ਸਿੰਘ, ਸਨ ਆਫ ਜਸਪਾਲ ਸਿੰਘ, ਉਹ 22 ਸਾਲਾਂ ਦਾ ਹੈ। ਇਹ ਮੋਰਚਰੀ 'ਚ ਨੇ, ਅਤੇ ਜਿਹੜੇ ਆਪਣੇ ਇੰਜਰਡ ਨੇ ਉਹ ਇੱਕ ਆ ਹਰਮਨ ਸਿੰਘ, ਅਤੇ ਇੱਕ ਆ ਜਸ਼ਨਪ੍ਰੀਤ ਸਿੰਘ। ਟੋਟਲ ਜਾਣਕਾਰੀ ਕਿੰਨੀ ਹੈ ਵੀ ਕਿੰਨੇ ਡੈਡ ਆ ਤੇ ਕਿੰਨੇ ਡੈਡ? ਜਿਸ ਹਿਸਾਬ ਨਾਲ ਉਹਦੇ ਨਾਲ ਦੇ ਪੇਸ਼ੈਂਟ ਦੇ ਅਟੈਂਡੈਂਟ ਦੱਸ ਰਹੇ ਆ ਜਿਹੜੇ ਨਾਲ ਆਏ, ਉਹ ਕਹਿੰਦੇ ਆ ਕਿ ਦੋ ਜਣੇ ਹੋਰ ਡੈੱਡ ਹੋਏ ਨੇ, ਜਿਨ੍ਹਾਂ ਦੀ ਉਹ ਅਜੇ ਡੈੱਡ ਬੋਡੀ ਉੱਥੇ ਪਿੰਡ ਹੀ ਪਈ ਆ, ਅਤੇ ਦੋ ਉਹ ਦੋ ਸਾਡੇ ਕੋਲ ਆ ਗਏ, 4 ਹੋ ਗਏ ਟੋਟਲ, ਅਤੇ 2 ਇੰਜਰਡ ਹੋ ਗਏ, ਟੋਟਲ 6 ਜਣੇ ਹੋ ਗਏ। ਨਾਂ ਕੀ? ਹਰਮਨ ਸਿੰਘ, ਪੁਰਾਣਾ ਬੱਲੜਵਾਲ। ਕੀ ਮਸਲਾ? ਝਗੜਾ ਝੁੰਡਾ ਹੋ ਗਿਆ, ਝਗੜਾ ਹੋਇਆ, ਝਗੜਾ ਇੱਦਾਂ ਹੀ ਪੈਲੀ ਪੁਲੀ 'ਤੇ, ਸਵੇਰੇ ਤੜਕੇ ਦੀ ਗੱਲ ਹੈ। ਮਸਲਾ ਪਹਿਲੇ ਉਹਨੇ ਆਉਂਦਿਆਂ ਗੋਲੀ ਚਲਾਉਣੀ ਚੱਲ ਸ਼ੁਰੂ ਕਰਤੀ, ਦੋ ਭਰਾ ਆਏ, ਇਹ ਸੋਨੀ ਅਤੇ ਜੋਤੀ, ਚਲਾਈ ਇੱਕ ਜਣੇ ਨੇ, ਪੁਰਾਣੇ ਬੱਲੜ ਵੱਲ ਦੇ। ਫਿਰ ਮੈਂ ਮਤਲਬ ਡੈਡੀ ਮੇਰੇ ਦੇ ਮਾਰੀ ਗੋਲੀ ਲੈਣੀ, ਅਤੇ ਡੈਡੀ ਦੇ 4-5 ਗੋਲੀਆਂ ਮਾਰੀਆਂ, ਅਤੇ ਮੇਰੇ ਮੋਢੇ 'ਤੇ ਲੱਗ ਗਈ, ਮੋਢੇ 'ਤੇ ਲੱਗ ਗਈ, ਅਤੇ ਬਾਹਾਂ ਲੁੱਕ ਕੇ ਮੈਂ ਭੱਜ ਗਿਆ ਉੱਥੋਂ। 2-5 ਜਣੇ ਜਿਵੇਂ ਡੈਥ ਹੋਈ, ਮੇਰੇ ਦਾਦਾ ਜੀ ਆ, ਅਤੇ ਡੈਡੀ, ਅਤੇ ਚਾਚਾ, ਅਤੇ ਇੱਕ ਤਾਏ ਦਾ ਮੁੰਡਾ। ਕਾਰਨ ਬਸ ਇੱਦਾਂ ਹੀ, ਸਵੇਰੇ ਸਵੇਰੇ ਤੁਹਾਨੂੰ ਦੱਸਣ 'ਤੇ ਗਿਆ, ਕੁੜੀ ਤੋਂ ਮਤਲਬ ਕੁੜੀ ਉਹ ਆਪ ਗਈ ਹੈ ਨਾਲ। ਹਾਂਜੀ, 4 ਮੌਤਾਂ ਨਹੀਂ, ਮੇਰਾ ਭਰਾ ਹੀ ਆ। ਹਾਂਜੀ, ਇੱਕੋ ਪਰਿਵਾਰ ਦੀ, ਚਾਚੇ ਤਾਇਆਂ 'ਚੋਂ ਹੀ ਆ ਸਾਰੇ, ਜਿਹੜਾ ਲੱਗ ਜਾਂਦਾ ਉਹਦੇ ਗੋਲੀ ਮਾਰ ਦਿੰਦਾ। ਪੁਲਿਸ ਥੋੜ੍ਹਾ ਲੇਟ ਆ ਜੀ ਬਸ।
जी सुखविंदर सिंह सोनी बल्लड़वाल का रहने वाला, इन्हें सवेरे गोलियां चला के इको परिवार के छह बंद जख्मी कर दिता सी, जो जिन्हों की दो की मौके पर मौत हो गई सी, अपने दो की जाके हस्पताल डैथ हो गई है। जी मौके पर मौत हुई है वो हैगी है जी मंगल सिंह, सुखविंदर सिंह, जसवीर सिंह, जी बबनदीप की जाके उत्थे मौत हो गई है बटाले। इस संबंध में असी इनवैसटीगेट कर रहे हैं, तो साड़ियां पुलिस पार्टियां डॉग स्क्वाड फिंगरप्रिंट सी आई एस एस पी सवान एस पी सवान सारे पहुँच रहे हैं, तो ये संबंध में साड़ी इनवैसटीगेशन जारी है। ये संबंध में हाले तक कोई बयान नहीं होया, असी लगे हाँ इस तहकीकात, जो भी इनवैसटीगेशन तत् सामने आने उस अनुसार असी बनती कार्रवाई करा।